ਦਿਨ ਅਜੇ ਮਾਨਯੋਗ ਸ਼੍ਰੀ ਸਵਪਨ ਸ਼ਰਮਾ ਜੀ IPS ਕਮਿਸ਼ਨਰ ਪੁਲਿਸ ਜਲੰਧਰ, ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਆਮ ਲੋਕਾਂ ਦੀ ਸੁਰੱਖਿਆ ਨੂੰ, ਆਮ ਲੋਕਾਂ ਦੇ ਦਿਲਾਂ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਪੈਦਾ ਕਰਨ ਲਈ ਇੱਕ ਫਲੈਗ ਮਾਰਚ ਜਿਹੜਾ ਅੱਜ ਅਸੀਂ ਕਰ ਰਹੇ ਹਾਂ। ਇਹ ਫਲੈਗ ਮਾਰਚ ਅਸੀਂ ਜੋਤੀ ਚੌਂਕ ਤੋਂ ਲੈ ਕੇ ਬਾਸੀ ਅੱਡਾ ਚੌਂਕ, ਬਾਸੀ ਅੱਡਾ ਚੌਂਕ ਤੋਂ ਲੈ ਕੇ ਪੁਰਾਣੀ ਸਬਜ਼ੀ ਮੰਡੀ ਪਟੇਲ ਚੌਂਕ ਅਤੇ ਵਾਲਮੀਕੀ ਗੇਟ ਤੱਕ ਅਸੀਂ ਇਹ ਫਲੈਗ ਮਾਰਚ ਕਰਾਂਗੇ। ਇਸ ਜਿਹੜਾ ਫਲੈਗ ਮਾਰਚ ਹੈ ਇਹਦਾ ਜਿਹੜਾ ਅੰਤਕ ਇਹੋ ਹੈਗਾ ਕਿ ਜਿਹੜੀ ਆਮ ਜਨਤਾ ਹੈਗੀ ਆ ਉਹਨਾਂ ਦੇ ਦਿਲਾਂ ਦੇ ਵਿੱਚ ਇੱਕ ਸੁਰੱਖਿਆ ਦੀ ਭਾਵਨਾ ਪੈਦਾ ਹੋਵੇ ਅਤੇ ਜਿਹੜਾ ਲੋਕ ਸਭਾ ਦੀਆਂ ਵੋਟਾਂ ਨੇ ਉਹ ਅਮਨ ਅਮਾਨ ਦੇ ਨਾਲ ਸਿਰੇ ਚੜ੍ਹਨ ਅਤੇ ਜਿਹੜੇ ਮਾੜੇ ਅਨਸਰ ਹੈਗੇ ਨੇ ਉਹ ਕਿਸੇ ਵੀ ਤਰ੍ਹਾਂ ਦੀ ਕੋਈ ਮਾੜੀ ਕ੍ਰਿਮੀਨਲ ਅਪਰਾਧਾਂ ਤੋਂ ਨਾ ਕਰ ਸਕਣ। ਇਸੇ ਬੰਦੇ ਨਾਲ ਜਿਹੜੇ ਹੈਗੇ ਅਸੀਂ ਅੱਜ ਇਹ ਫਲੈਗ ਮਾਰਚ ਜਿਹੜਾ ਹੈਗਾ ਕਰ ਰਹੇ ਹਾਂ। ਸਰ ਜਿਹੜਾ ਫਲੈਗ ਮਾਰਚ ਉਹਦੇ 'ਚ ਜਿਹੜੀ ਫੋਰਸ ਆਈ ਕਿੰਨੀ ਟੁਕੜੀਆਂ ਆਈਆਂ? ਇਹ ਜਿਹੜੀ ਫੋਰਸ ਹੈਗੀ ਆ ਇਸ ਟਾਈਮ ਮੇਰੇ ਨਾਲ ਡਿਵੀਜ਼ਨ ਨੰਬਰ 2 ਦੇ SHO ਇੰਸਪੈਕਟਰ ਕਮਲਜੀਤ ਸਿੰਘ ਉਹਨਾਂ ਦੀ ਫੋਰਸ ਔਰ ਨਾਲ ਹੀ ਸਾਡੇ CRP ਦੀ ਫੋਰਸ ਹੈਗੀ ਜਿਹੜੀ ਕਿ ਪੈਰਾਮਿਲਟਰੀ ਫੋਰਸ ਆ ਇਹ ਵੀ ਸਾਡੇ ਨਾਲ ਹੈਗੀ ਆ। ਦੋਨੋਂ ਹੀ ਫੋਰਸਾਂ ਮਿਲ ਕੇ ਅਸੀਂ ਜਿਹੜਾ ਹੈਗਾ ਇਹ ਫਲੈਗ ਮਾਰਚ ਕਰ ਰਹੇ ਹਾਂ। ਸਰ ਆਉਣ ਵਾਲੇ ਟਾਈਮ 'ਚ ਇਹ ਫਲੈਗ ਮਾਰਚ ਕੀਤਾ ਜਾਏਗਾ? ਬਿਲਕੁਲ ਜੀ, ਜਿੰਨੀ ਦੇਰ ਤੱਕ ਵੋਟਿੰਗ ਡੇ ਨਹੀਂ ਆਉਂਦੀ ਹੈਗੀ ਉਸ ਦਿਨ ਤੱਕ ਦਾ ਇਹ ਫਲੈਗ ਮਾਰਚ ਇਹ ਇਸੇ ਤਰ੍ਹਾਂ ਹੀ ਜਾਰੀ ਰਹੂਗਾ।